ਹਾਂਜੀ ਗਾਈ, ਸਵਾਗਤ ਆ ਤੁਹਾਡਾ ਇਸ ਦੇ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਆਪਾਂ ਰੀਲਾਂ ਰੂਲਾਂ ਬਣਾਉਂਦੇ ਹਾਂ, ਅਤੇ ਤੁਹਾਨੂੰ ਪਤਾ ਹੀ ਆ ਚੰਗੇ ਟਾਈਮ ਬਾਅਦ ਬਲੌਗ ਆਉਣ ਲੱਗਾ। ਅਤੇ ਇੱਕ ਆਪਣੇ ਨਾਲ ਭਰਾ ਜੁੜਿਆ ਵਾ, ਅਤੇ ਆਹ ਸਪਲੈਂਡਰ ਆਪਾਂ ਕੱਢਦੇ ਹਾਂ। ਇੱਧਰ ਖੜ੍ਹਾ ਬੁਲਟ, ਚਲੋ ਫਿਰ ਅੱਗੇ ਤੁਹਾਨੂੰ ਮਿਲਦੇ ਹਾਂ। ਸਪਲੈਂਡਰ ਆਪਾਂ ਕੱਢ ਲਿਆ ਵਾ, ਉਹਨੂੰ ਮਾੜਾ ਗਰਮ ਕਰ ਲਈਏ। ਮਾਰ ਫੋਨ ਇਹਦੇ ਤੋੜ ਦੇ। ਫੋਨ ਦਾ ਹੀ ਕੰਮ ਕਰਤਾ ਉਹਦਾ ਭੈਣ ਜੀ। ਐਦਾਂ ਸਹੀ ਲੱਗਦਾ ਨਾ ਟੱਟੂ। ਆਪਾਂ ਅੱਗੇ ਤੁਹਾਨੂੰ ਮਿਲਦੇ ਹਾਂ, ਫਿਰ ਦੇਖਦੇ ਕੀ ਤੋੜਨਾ। ਚੱਲ ਫਿਰ ਹੁਣ ਆਇਆ ਅੱਗੇ। ਤੇਲ ਵਾਧੂ ਆ ਕਿਤੇ ਨੀ ਹੋ ਗਿਆ, ਇੱਕ ਹੋਰ ਕੰਮ ਕੋਈ ਨਾ। ਚੱਲ ਨਵੀਂ ਪਵਾ ਲਵਾਂਗੇ ਤੇਲ ਚੋ, ਕਿੰਨਾ ਤੇਲ ਦੀ ਸਾਰਾ ਤਾਂ ਦੇਖਿਆ। ਆ ਸਟੈਂਡ ਦੇ ਨਾਲ ਵੈਲਡ ਕੀਤਾ? ਨਹੀਂ ਨਹੀਂ, ਉਹਦੇ ਨਾਲ ਹੀ ਉਦਾਂ ਥੱਲੇ ਨੂੰ ਹੁੰਦਾ, ਉਹ ਟਾਈਮ ਪਾਸ ਨੂੰ ਕੀਤਾ। ਆਹੋ ਉਦਾਂ ਤਕੜਾ ਲਵਾਉਣਾ। ਤਕੜਾ ਕੀ ਹੋਣਾ, ਸਿੰਪਲ ਹੀ ਲਵਾਉਣਾ ਪੈਣਾ। ਆ ਰਲੇ ਆ ਇਹ ਵੀ ਪੱਟ ਪੁੱਟ ਦੇ। ਚੱਲ ਕੋਈ ਨਾ ਦੇਖਦੇ ਹਾਂ। ਕਰੀ ਜਾਂਦਾ ਕੀ ਹੈਂਡਲ ਨੂੰ ਹੋਇਆ ਮਾੜਾ ਜਿਹਾ ਘੁਮਾਇਆ ਸੀਗਾ, ਛੱਡੀ ਦਾ ਉਧਰੋਂ ਫੜ, ਇੱਦਾਂ ਟੁੱਟ ਜਾਣਾ ਪੈਣਾ। ਗਏ ਹੈਲਪ ਨਾ, ਬਹੁਤ ਜ਼ੋਰ ਆ ਮੇਰੇ ਚ। ਲੱਗ ਹੀ ਰਹਿ ਗਿਆ ਉਹ ਗਾਂ, ਹੁਣ ਕਿੱਥੇ ਚਲ ਜਾਈਏ, ਉੱਤੇ ਚੜ ਦਈਏ। ਕੱਢ ਭਰਾਵਾ ਉਹ ਭੈਣ ਚੋ, ਦੋ ਮਿੰਟ ਦੇਖੀ ਪੂਜ ਭੈਣ ਚੋ, ਇਹਨੂੰ ਕੀ ਹੋ ਗਿਆ। ਨੁਕਸਾਨ ਤਗੜਾ ਹੀ ਹੋ ਗਿਆ। ਓਏ ਨਾ
ਚੱਲ ਆ ਜੋ ਵੀ ਇਹ ਚੱਪਲ ਖੁੱਲ ਜਾਂਦੀਆਂ ਭਰਾਵਾ ਚੱਪਲਾਂ ਦਾ ਵੀ ਕੰਮ ਹੋ ਗਿਆ ਅੱਜ ਉਹ ਭਾਜੀ ਹੁਣੀ ਜੋਰ ਲਾਉਣ ਲੱਗੇ ਆਪਣੇ ਉਹ ਇਹਨੂੰ ਅੱਜ ਮੈਂ ਘਰੇ ਖੜਾ ਕਰ ਦੇਣਾ ਉਹ ਭੈ ਉਹ ਭਰਾਵਾ ਹੋ ਗਿਆ ਕੰਮ ਮੂਹਰੇ ਉਹ ਸਾਰਾ ਹੀ ਮੋਟਰਸਾਈਕਲ ਦਾ ਵਿਦਆਊਟ ਸਟੈਂਡ ਛੱਡ ਪਰੇ ਉਹ ਨੁਕਸਾਨ ਤਗੜਾ ਹੀ ਆ ਅੱਜ ਹੋਇਆ ਰੱਸੀ ਰੁੱਸੀ ਲੈ ਕੇ ਆਵਾਂ ਮੈਂ ਯਾਰ ਕੀ ਹੋਇਆ ਟੋਜਣ ਪਾਉਣਾ ਆ ਆਹੋ ਅਗਲੇ ਦਾ ਝੋਨਾ ਖਰਾਬ ਹੋਈ ਜਾਂਦਾ ਆ ਉਹ ਤੂੰ ਚੱਲ ਭਰਾਵਾ ਮੈਂ ਪਿੱਛੇ ਨੂੰ ਕਹਿਦਾ ਪਿੱਛੇ ਨੂੰ ਕਹਿਦਾ ਮੈਂ ਚੱਲ ਦੇਖ ਲੈਣੇ ਆ ਤੇਰਾ ਜ਼ੋਰ ਉਹ ਨਹੀਂ ਤੂੰ ਮੂਹਰੇ ਤਾਂ ਚੱਲ ਮੂਹਰੇ ਖੜ ਮੂਹਰੇ ਕਾਹਦੇ ਖੜਨਾ ਮੂਹਰੇ ਤੂੰ ਮੋਟਰਸਾਈਕਲ ਚਲਾ ਜਾਣਾ ਮੈਂ ਪਿੱਛੇ ਨੂੰ ਮੂਹਰੇ ਮੋਟਰਸਾਈਕਲ ਚਲਾਵਾਂ ਕੀ ਯਾਰ ਨਵੇਂ ਪੰਗੇ ਪਾਉਂਦਾ ਰਹਿੰਦਾ ਆ ਚੱਕੀ ਜਾਂਦਾ ਉੱਥੇ ਹੀ ਚੱਲ ਯਾਰ ਚੱਕ ਮੈਂ ਤੈਨੂੰ ਖਿੱਚਿਆ ਪਿੱਛੇ ਕੁੱਡਾ ਉੱਤੇ ਪਹਾੜ ਹੀ ਬਣਿਆ ਪਹਾੜ ਬੰਦਾ ਖਿੱਚ ਲਵੇ ਸੜਕ ਦੇ ਪਹਾੜ ਲੱਗਦਾ ਜੀ ਚੱਲ ਯਾਰ ਖਿੱਚ ਪੇ ਆਪਣਾ ਹੈ ਸੱਪ ਸੱਪ ਲੈ ਕੇ ਟੱਪ ਖਿੱਚ ਖਿੱਚ ਚੱਲ ਯਾਰ ਰੱਸੀ ਟੱਟੀ ਡਿੱਗ ਰਹੀ ਖਾਲੀ ਚੱਲ ਕੱਢ ਲਾ ਯਾਰ ਏਦਾਂ ਮੂੰਹ ਨੂੰ ਲਿਆ ਉੱਥੇ ਕੀ ਕਰੀ ਜਾਂਦਾ ਕੰਮ ਦੇਖਦਾ ਹੀ ਨਹੀਂ ਕੁਛ ਦੇਖਦਾ ਨਹੀਂ ਚੱਲ ਮੈਂ ਲੈ ਕੇ ਆਉਣਾ ਰੱਸੀ ਲੈ ਕੇ ਆਵਾਂ ਹੈ ਓਏ ਉਹ ਮੋਰ ਡਾਲ ਯਾ ਉਹ ਮੇਰੀ ਗੱਲ ਸੁਣ ਚੱਕ ਕੇ ਇੱਦਾਂ ਹੀ ਮੁੱਕ ਮਾਰ ਦੇ ਪਹਿਲਾਂ ਇੱਥੋਂ ਉਹ ਮੋਹਰੇ ਇੱਥੇ ਰੱਖ ਇੱਥੇ ਉਹ ਤੂੰ ਬੇਸਣ ਹੀ ਰਹਿਣਾ ਫੜ ਤੂੰ ਖੂਨ ਫੜ ਖੂਨ ਫੜ ਤੂੰ ਤੇਰਾ ਦੇਖ ਲੈਂਦੇ ਹਾਂ ਔਰ ਕਮਾਈ ਨਾ ਮੋਟਰਸਾਈਕਲ ਕੋਈ ਨੀ ਜਿਮ ਲਾਉਣਾ ਤੂੰ ਜਿਮ ਲਾਉਣਾ ਕੋਈ ਨੀ ਤੇਰੇ ਦੇ ਕੀ ਭਾਰੇ ਖੜਕੇ ਦਾ ਚੱਕ ਦੇ ਫਿਰ ਦੇਖਦਾ ਕੀ ਆ ਪਤਾ ਕਿੱਦਾਂ ਪਿੱਛੇ ਖੁੱਬ ਬਸ ਹੁਣ ਇੱਧਰ ਘਿਰ ਜਾਣਾ ਯਾਰ ਮੂਹਰੇ ਇੱਧਰ ਨੂੰ ਕਰ ਇੱਥੇ ਇੱਦਾਂ ਆਪਾਂ ਚਾੜ ਲੈਣਾ ਫਿਰ ਫੜ ਫੋਨ ਯਾਰ ਬਾਬਾ ਮੇਰੇ ਕੰਧ ਲੜੀ ਜਾਂਦੀ ਆ ਵੀਡੀਓ ਬੰਦ ਕਰਕੇ ਮਾਮਾ ਕੱਢ ਦਿੰਦੇ ਆਪਾਂ
ਇਹਦਾ ਉਦਾਂ ਪਾੜਿਆ ਆ ਉਦਾਂ ਪੜ ਗਿਆ ਉਹ ਖਿੱਚ ਪੱਥਰ ਆਲ ਕੀ ਬਣ ਗਿਆ ਯਾਰ ਉਹ ਮਾਮਾ ਉਂਗਲੀ ਮੁੜ ਗਈ ਆ ਗੇਅਰ ਵੱਡਾ ਪਾ ਪਹਿਲਾਂ ਪਾਸਦਾ ਮਾੜੀ ਰੈਸਟ ਲੈ ਲੈਂਦੇ ਮੈਨੂੰ ਰੈਸਟ ਲੈ ਲੈਂਦੇ ਫਿਰ ਦੇਖਦੇ ਹਾਂ ਕੀ ਕਰਨਾ ਚੱਲ ਆਇਆ ਚੱਲ ਚੱਲ ਤੂੰ ਪਿੱਛੇ ਜਾ ਕਰੇਜ ਦੇ ਆ ਮੈਂ ਬੰਦ ਕਰ ਦਵਾਂ ਤੇਰਾ ਮੋਟਰਸਾਈਕਲ ਕੱਢਤਾ ਲਿਆ ਔਰ ਇਹਦੀ ਚੈਨ ਉੱਤਰ ਗਈ ਹੁਣ ਲੈ ਕੇ ਜਾਂਦੇ ਹਾਂ ਪਿੰਡ ਦਿਖਾ ਕੇ ਲਿਆਉਂਦੇ ਹਾਂ ਚੱਲ ਬਈ ਹੁਣ ਮਿੱਤਰੋ ਵੀ ਘਰੇ ਜਾਂਦੇ ਹਾਂ ਉੱਥੋਂ ਚਾਬੀਆਂ ਚੁੱਕੀਆਂ ਚੱਕ ਕੇ ਥੱਲੇ ਗਏ ਆ ਜੇਕਰ ਅਚਾਨਕ ਉਹ ਮੋਟਰਸਾਈਕਲ ਦਾ ਰੋਡ ਤਾਂ ਹੈਗਾ ਚੈਨ ਫਸ ਗਈ ਆ ਚਾਬੀਆਂ ਚੁੱਕੀਆਂ ਆਪਾਂ ਲਿਆਉਂਦੀਆਂ ਹੁਣ ਖੋਲਦੇ ਹਾਂ ਮੋਟਰਸਾਈਕਲ ਇੱਥੇ ਹੀ ਖੁੱਲ੍ਹਣਾ ਕਿੱਧਰ ਨੂੰ ਹਾਂ ਦੇ ਭਰਾਵਾ ਉਹ ਆਹ ਖੁੱਲ੍ਹਣਾ ਆ ਭਰਾਵਾ ਸੁਣਨਾ ਖੁੱਲ੍ਹਣਾ ਕਿਉਂ ਇਹਨੂੰ ਫਿਰ ਇੱਦਾਂ ਕੱਢ ਦੇਣਾ ਆ ਆਪਾਂ ਫਿਰ ਚੈਨ ਸਿੱਧਾ ਜਾਣਾ ਕਿਤੇ ਹੋਰ ਜੁੜਿਆ ਆਹ ਨਾਲੇ ਦੇਖਦਾ ਸਹੀ ਉਹੀ ਦੇਖ ਕੇ ਗਿਆ ਮੈਂ ਤਾਂ ਹੀ ਤਾਂ ਚਾਬੀਆਂ ਲੈ ਗਿਆ ਖੋਲਿਆ ਭੈਣ ਤੇ ਸਾਰਾ ਹੀ ਖੁੱਲ ਜਾਣਾ ਕਿਉਂ ਚੱਲ ਖੁੱਲ ਖੁੱਲ ਗਿਆ ਵਾ ਚਾਹੀਦਾ ਤੈਨੂੰ ਵੱਡਾ ਨੰਬਰ ਇੱਥੇ ਤੁਸੀਂ ਖਰੇ ਆ ਭਾਜੀ ਨਾ ਨਾ ਆਪਾਂ ਦੇ ਚੈਨ ਸੈੱਟ ਪਹਿਲੀ ਵਾਰੀ ਖੁੱਲ੍ਹਾ ਲੱਗੇ ਦਰਸ਼ਾਨ ਹੋਏ ਵਾਹ ਛੋਟਾ ਹੱਥੀ ਕਰ ਲੈਣੇ ਆ ਦੋ ਸੌ ਲੈਣਾ ਇਹਨੇ ਦੋ ਸੌ ਪੰਜ ਸੌ ਕੀ ਆ ਜਦ ਤੱਕ ਆਪਾਂ ਸੈੱਟ ਕਰ ਲੈਣਾ ਸੈੱਟ ਆਹੋ ਕਰਦਾ ਰਿਹਾ ਤੂੰ ਅੰਦਰ ਦਿਖਾਨੇ ਕੰਮ ਯਾਰ ਤੇਰਾ ਜੁਗਾੜ ਜੇ ਭਰਾਵਾ ਇਹਦਾ ਉਹ ਖੁੱਲਾ ਹੁੰਦਾ ਲੋਕ ਯਾ ਉਦਾਂ ਹੀ ਥੋੜੀ ਉਤਰ ਦੀ ਹੁੰਦੀ ਭਰਾਵਾ ਸਕੂਲ ਦਾ ਡੀਨ ਮੈਡਮ ਨਾ ਬਿਠਾਇਆ ਉਹਨੂੰ ਮੈਡਮ ਨੂੰ ਬਲੌਗ ਦਿਖਾ ਦੀ ਮੈਡਮ ਨੇ ਹੋਰ ਗਾਲਾਂ ਕੱਢਦੀਆਂ ਇਹ ਚੜ ਗਈ ਚੈਨ ਇਹ ਚਲੋ ਜੀ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣਾ ਕਦੀ ਮਾਣ ਹੀ ਨਹੀਂ ਕੀਤਾ
ਜਿਹਦੇ ਰੇਸ ਹੁਣ ਟਾਪਾ ਟੁੱਪਾ ਆਈ ਜਾਂਦੇ ਚੱਕਦੇ ਟਾਪੇ ਸਾਰੇ ਪਿੰਡ ਨੂੰ ਚੱਲੇ ਸੀਗੇ, ਉੱਥੇ ਆ ਕੇ ਵੀਡੀਓ ਹੀ ਸੈਂਡ ਕਰਨੀ ਮੁੰਡੇ ਨੂੰ ਤੇ ਗਾਹ ਤੁਹਾਨੂੰ ਮਿਲਦੇ ਆ ਗਰਸ਼ਾਨ ਵਾਲੇ ਮੋਟਰਸਾਈਕਲ ਦੇ। ਉਹ ਘਰੇ ਖੜਾ ਕੀਤਾ, ਕਹਿੰਦਾ ਲੈ ਕੇ ਨਹੀਂ ਆਉਣਾ। ਚੰਗਾ ਫਿਰ ਮਿੱਤਰੋ, ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ। ਲਾਈਕ ਸ਼ੇਅਰ ਕਮੈਂਟ ਕਰ ਦਿਓ, ਨਾਲੇ ਦੱਸਿਓ ਕਿੱਦਾਂ ਦਾ ਲੱਗਾ ਵਲੌਗ। ਚੰਗਾ ਫਿਰ।